आकाशवाणी ख़बरें पंकज कोहली कोला प्रधानमंत्री नरेंद्र मोदी और आज दिल्ली यूनिवर्सिटी के शताब्दी समारोह के समापन समारोह के sqlalchemy संसद स्थाई समिति ने यूनिफॉर्म सिविल कोड बारे इततआर के लिए विचार जानने ले संगारे एक बैठक सद दिया है रूस के राष्ट्रपति व्लादिमीर पुतिन और प्रधानमंत्री नरेंद्र मोदी हुरी मेक इन इंडिया पहलकदमी की सराहना की आख्या जे भारतीय अर्थव्यवस्था पर इस पहलकदमी का बड़ा मता असर पिया है लेफ्टिनेंट गवर्नर मनोज सिन्हा श्री अमरनाथ जी दी यात्रा ली, की यात्रा लिए यात्रियों के पहले जत्थे की भगवती नगर आए आधार शिविर जम्मू जमूमा अडल रवाना किया मौसम विभाग ने महाराष्ट्र के छ जिलेंज अलर्ट जारी है ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਦੇ ਸਮਾਪਨ ਸਮਾਰੋਹ 'ਚ ਸ਼ਾਮਲ ਹਨ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਹੰ ਦਾ ਕਿੱਥੇਗੀ ਸੰਬੋਧਿਤ ਕਰਨੇ ਦਾ ਵੀ ਕਾਰਜਕ੍ਰਮ ਹੈ। ਪ੍ਰਧਾਨ ਮੰਤਰੀਓ ਨੇ ਇੱਕ ਟਵੀਟ ਆਖਿਆ ਜੇ ਉਹ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ 'ਚ ਹਿੱਸਾ ਲੈਣ ਲਈ ਬੜੇ ਮਤੇ ਉਤਸਕਨ। ਸ਼੍ਰੀ ਮੋਦੀਓ ਨੇ ਆਖਿਆ ਜੇ ਸਖਲਾਈ ਦੇ ਇੱਕ ਪ੍ਰਮੁੱਖ ਕੇਂਦਰ ਦੇ ਤੌਰ 'ਤੇ ਦਿੱਲੀ ਯੂਨੀਵਰਸਿਟੀ ਇੱਕ ਸਦੀ ਥਾਂ ਪ੍ਰਤਿਭਾਾਂ ਦੀ ਅਗਿਆਨੀਏ ਬੋਧਿਕ ਵਿਕਾਸ ਦੀ ਬੜਾਵਾ ਦੇਾਰ ਦੀ। ਇਸ ਮਿਲਾ ਦੇ ਪੱਥਰ ਮੌਕੇ ਪਰ ਪ੍ਰਧਾਨ ਮੰਤਰੀ ਹੋਰੇ ਦਿੱਲੀ ਯੂਨੀਵਰਸਿਟੀ ਦੇ ਆਮਲੇ ਕੀ ਮਮਾਰਕਬਾਦ ਦਿੱਤੀ। ਕਾਰਕ੍ਰਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਦਿੱਲੀ ਯੂਨੀਵਰਸਿਟੀ ਕੰਪਿਊਟਰ ਸੈਂਟਰ ਤੇ ਟੈਕਨੋਲੋਜੀ ਸੀਗੇ ਦੀ ਇਮਾਰਤ ਤੇ ਅਕਾਦਮਿਕ ਬਲਾਕ ਦਾ ਨੀਂ ਪੱਥਰ ਰਖਗਣ ਜਿਹੜਾ ਯੂਨੀਵਰਸਿਟੀ ਦੇ ਉੱਤਰ ਕੈਂਪਸ ਚ ਬਨਾਇਆ ਜਾਗ। ਦਿੱਲੀ ਵਿਸ਼ਵਵਿਦਿਆਲੇ ਦੀ ਸਥਾਪਨਾ ਪਹਿਲੀ ਮਈ 1922 ਗੀ ਕੀਤੀ ਗਈ। ਪਿਛਲੇ 100 ਬਰੇਂ ਚ ਇਸ ਵਿਸ਼ਵਵਿਦਿਆਲੇ ਚ ਬੜਾ ਮਤਾ ਵਿਕਾਸ ਤੇ ਵਿਸਤਾਰ ਹੋਇਆ ਹੈ। ਉਨਿਸ ਦੇ 86 ਵਿਭਗ ਤੇ 90 ਕਾਲਜਾਂ ਇਸ ਯੂਨੀਵਰਸਿਟੀ თਮਾ ਅਜੇ ਤੱਕ 6 ਲੱਖਾਂ ਮਤੇ ਵਿਦਿਆਰਥੀ ਪਾਸ ਹੋਏ ਜੁਗੇ ਦਿਨ ਕਾਰਮਿਕ ਲੋਕਸ਼ਖਤ ਕਾਨੂੰਨ ਤੇ ਨਿਆਲੀ ਸੰਸਦੀ ਸਥਾਈ ਕਮੇਟੀ ਨੇ ਆਖਿਆ ਜੇ ਉਹ ਇਤਤਾਰ ਕੇ ਦੇ ਵਿਚਾਰेंगी ਸੋਨ ਭਾਜਪਾ ਅਤੇ ਜਨਤਾ ਪਾਰਟੀ ਦੇ ਰਾਜ ਸਭਾ ਸੰਸਦ ਸੁਸ਼ੀਲ ਮੋਦੀ ਹੁੰਦੀ ਨੁਮਾਇੰਦਗੀ ਵਾਲੀ ਕਮੇਟੀ ਨੇ ਸਬ 31 ਸੰਸਦ ਤੇ ਕਮੇਟੀ ਦੇ ਮੈਂਬਰਿੰਗ ਦੀ ਜਾਣਕਾਰੀ ਦਿੱਤੀ ਹੈ ਜੇ ਸੰਗਾਰਿਆਂ ਵਾਲੀ ਬੈਠਕ 'ਚ ਯੂਨੀਫਾਰਮ ਸਿਵਲ ਕੋਡ ਯੂਸੀਸੀ ਪਰ ਹੁੰਦੇ ਵਿਚਾਰ ਮੰਗੇ ਜਾਂਗਨ ਤੇ ਮਗਰ ਹੁੰਦੇ ਪਰ ਵਿਚਾਰ ਕੀਤਾ ਜਾ ਯੂਸੀਸੀ ਯਾਨੀ ਇੱਕ ਬਰਾਬਰ ਨਾਗਰਿਕ ਸਹਿਨਤਾ ਨਾਗਰੀਕਾਂ ਦੇ ਵਿਅਕਤੀਗਤ ਕਾਨੂੰਨੇ ਕੀ ਬਣਾਉਣੇ ਤੇ ਲਾਗੂ ਕਰਨੇ ਦਾ ਇੱਕ ਪ੍ਰਸਤਾਵ ਹੈ ਜਿਹੜਾ ਸਭ ਨੇ ਨਾਗਰੀਕਾਂ ਪਰ ਹੁੰਦੇ ਧਰਮ ਲਿੰਗ ਤੇ ਇਹਦੇ ਨਾਲ ਜੁੜੇ ਦੀਆਂ ਹੋਰ ਗੱਲਾਂ ਪਰ ਧਿਆਨ ਦਿੱਤੇ ਵਿਜ਼ਨ ਇੱਕ ਬਰਾਬਰ ਤੋਰਾ ਪਰ ਲਾਗੂ ਹੁੰਦਾ ਹੈ ਮੌਜੂਦਾ ਸਮੇਂ ਚ ਬਖ ਬਖ ਸਮੁਦਾਇਨ ਦੇ ਵਿਅਕਤੀਗਤ ਕਾਨੂੰਨ ਉਂਦੇ ਧਾਰਮਿਕ ਗ੍ਰੰਥੀਆਂ ਸੇ ਚਲਾਏ ਜਾਂਦੇ ਨੇ ਇਹਦੇ ਇਲਾਵਾ ਭਾਰਤੀ ਵਿਧੀ ਆਯੂਗ ਨੇ 14 ਜੂਨ ਦੀ ਸਮਾਨ ਨਾਗਰਿਕ ਸਹਿਨਤਾ ਦੀ ਪੜਤਾਲਾਸ ਤੇ ਜਨਤਾ ਤੇ ਮੰਨਤਾ ਅਸਲ ਧਾਰਮਿਕ ਸੰਗਠਨੇ ਥਮਾ ਉਂਦੇ ਵਿਚਾਰ ਮੰਗਿਨ रूस ਦੇ ਰਾਸ਼ਟਰਪਤੀ ਵਿਲਾਦਮਿਰ ਪੁਤਿਨ ਹੋਰ ਇਆਂਖਿਆ ਹੈ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦਾ ਮੇਕ ਇਨ ਇੰਡੀਆ ਵਾਲੇ ਕਾਰਜਕ੍ਰਮ ਦਾ ਅਸਰ ਪਾਰਤੀ ਅਰਥਵਿਵਸਥਾ ਪਰ ਦਿਖਣੇਗੀ ਲਬਾਰਦਾ ਪੁਤਿਨੋ ਨੇ ਇਹ ਗੱਲ ਮਾਸਕੋ ਚ ਇੱਕ ਕਾਰਜਕ੍ਰਮ ਦੌਰਾਨ ਆਖੀ ਰੂਸ ਦੇ ਇੱਕ ਸਮਾਚਾਰ ਸਰਬੰਦੀ ਟੈਲੀਵਿਜ਼ਨ ਨੈਟਵਰਕ ਦੀ ਰਿਪੋਰਟ ਮੁਜਬੁਰ ਰੂਸ ਦੇ ਰਾਸ਼ਟਰਪਤੀਓ ਨੇ ਮਕਾਮੀ ਕਰੇ ਉਤਪਾਦਨ ਤੇ ਬ੍ਰਾਂਡਿੰਗ ਦੀ ਪ੍ਰੋਟਸਾਈਟ ਕਰਨ ਲਈ ਭਾਰਤ ਦੀ ਮਿਸਾਲ ਦਿੱਤੀ ਪੁਤਿਨ ਨੇ ਰੇਖਾਂ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਕਿਸ਼ਵਰੇ ਪਹਿਲੇ ਮੇਕ ਇਨ ਇੰਡੀਆ ਕਨਸੈਪਟ ਪੇਸ਼ ਕੀਤਾ ਹੈ ਜਿਹਦਾ ਭਾਰਤੀ ਅਰਥ ਵਿਵਸਥਾ ਪਰ ਬੜਾ ਮਤਾਸਰ ਪਿਆ ਹੈ ਹਾਲ ਹੀ ਸਗੈ ਰੂਸ ਦੇ ਰਾਜਦੂਤ ਡੈਨਿਸ ਐਲੀਪਾਵੋਰੇ ਨਮੀ ਦਿੱਲੀ ਚ ਆਖਿਆ ਜੇ ਰੂਸ ਤੇ ਭਾਰਤ ਵਿਚਕਾਰ ਤਕੋਦੀ ਰਣਨੀਤਿਕ ਸਾਂਝੇਦਾਰੀ ਨੇ ਤਾਕਤ ਦਸੀ ਤੇ ਇਹ ਪਹਿਲੇ ਕੋਲਾ ਵੀ ਮਤੀ ਮਜ਼ਬੂਤ ਵਾ ਕਰਦੀ ਹੈ ਰਾਸ਼ਟਰੀ ਰਾਜਧਾਨੀ ਚ ਆਯੋਜਿਤ ਰਾਜ ਸਵਾਗਤ ਸਮਾਰੋਹ ਦੌਰਾਨ ਜਿਹੜਾ ਰੂਸੀ ਸੰਘ ਦੇ ਰਾਸ਼ਟਰੀ ਦਿਵਸ 기 ਸਮਰਪਿਤ ਆ ਰਾਜਦੂਤ ਐਲੀਪੋਵ ਨੇ ਆਖਿਆ ਜੇ ਰੂਸ ਬਾਰੇ ਹਰ ਰੋਜ਼ ਗੇ ਚੂਠੀਆਂ ਖਬਰਾਂ ਵਿਸ਼ਵਸਤਾ ਉਪਰ ਫਲਾਈਆਂ ਜਾਂਦੀਆਂ ਤੇ ਭਾਰਤ ਤੇ ਰੂਸ ਤੇ ਰਿਸ਼ਤਿਆਂ 기 ਖਰਾਬ ਕਰਨ ਦੇ ਯਤਨ ਕੀਤੇ ਜਾਂਦੇਨ ਭਾਰਤ ਤੇ ਰੂਸ ਦੀ ਰਣਨੀਤਿਕ ਸਾਂਝੇਦਾਰੇ ਬਾਰੇ ਬੋਲਦੀ ਹੋਈ ਰਾਜਦੂਤ ਹੋ ਰਿਹਾ ਹੈ ਜੇ ਦੋਨੇ ਮੁਲਕੇ ਵਿੱਚਕਾਰ ਸਾਂਝੇਦਾਰੀ ਖਾਸ ਹੈ ਤੇ ਆਉਣ ਵਾਲੇ ਸਮੇਂ ਚ ਔਰ ਵੀ ਤਗੜੀ ਹੋਗ ਸ਼੍ਰੀ ਅਮਨਾਥ ਜੀ ਦੀ ਯਾਤਰਾ ਦੇ ਪਹਿਲੇ ਜਥੇ ਦੀ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਾ ਹੋਰੇ ਅੱਜ ਬੜਲਾ ਜੰਮੂ ਦੇ ਭਗਵਤੀ ਨਗਰ ਵਾਲੇ ਆਧਾਰ ਸ਼ਿਵਰ ਥਮਾ ਰਵਾਨਾ ਕੀਤਾ ਸੁਰੱਖਿਆ ਬਲਾਂ ਦੇ ਇੱਕ ਕਾਫਲੇ ਦੇ ਸਖਤ ਸੁਰੱਖਿਆ ਬੰਦੋਬਸਤੇ ਇਟ ਯਾਤਰੀਆਂ ਦਾ ਪਹਿਲਾ ਜਥਾ ਪਵਿੱਤਰ ਗੁਫਾ ਚ ਇਮਲਿੰਗਮ ਦੇ ਦਰਸ਼ਨ ਕਰਨ ਲਈ ਕਸ਼ਮੀਰ ਘਾਟੀ ਲਈ ਬੜੇ ਜੋਸ਼ ਜਜ਼ਬੇ ਕਨੇ ਸ਼ਿਵਿੰਦੇ ਜਕਾਰੇ ਲਾਂਦੀ ਹੋਈ ਰਵਾਨਾ ਹੋਆ ਯਾਤਰੀ ਅੱਜ ਸੰਜਾਂ ਲੈ ਕਸ਼ਮੀਰ ਚ ਬਾਲਟਾਲ ਤੇ ਨੁਨਵਾਨ ਆਧਾਰ ਸ਼ਿਵਰੰਜ ਪੁੱਜਗਣ ਤੇ 1 ਜੁਲਾਈ ਦੀ ਪਵਿੱਤਰ ਗੁਫਾ ਚ ਸ਼ਿਵਨ ਦੇ ਦਰਸ਼ਨ ਲਈ ਅੱਗੇ ਵਧਣ ਸਾਡੇ ਸੰਵਾਦਦਾਤਾ ਨੇ ਖਬਰ ਦਿੱਤੀ ਹੈ ਜੇ ਮੌਕੇ ਪਰ ਗਏ ਪੰਜੀਕਰਨ ਕਰਨ ਲਈ ਜੰਮੂ ਚ 33 ਕੇਂਦਰ ਤੇ 5 ਤਤਕਾਲ ਪੰਜੀਕਰਨ ਵਾਲੇ ਕੇਂਦਰ ਸਥਾਪਿਤ ਕੀਤੇ ਗਏ ਦਿਨ ਜਿੱਥੇ ਯਾਤਰੂਆਂ ਦੀ ਜ਼ਰੂਰੀ ਆਰ ਐਫ ਆਈ ਟੀ ਰੇਡੀਓ ਫ੍ਰੀਕਵੈਂਸੀ ਆਈਡੈਂਟੀਫਿਕੇਸ਼ਨ ਟੈਗ ਉਪਲਬਧ ਕਰਵਾਏ ਜਾਣਗੇ ਪ੍ਰਸ਼ਾਸਨ ਤੇ ਸ਼੍ਰੀ ਅਮਨਾਥ ਸਥਾਪਨ ਬੋਡਾਸਿਆ ਯਾਤਰਾ ਲਈ ਰਸਤੇ 'ਤੇ ਸਖਤ ਸੁਰੱਖਿਆ ਸਨੈ ਅਤੇ ਜ਼ਰੂਰੀ ਬੰਦੋਬਸਤ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਯਾਤਰਾ ਵਿਜ਼ਨ ਕੋਸੇ ਰੁਕਾਵਟ ਦੇ ਸੁਰਖਸ਼ਿਤ ਤੇ ਕਾਮਯਾਬ ਟੰਗੇ ਕਨੇ ਮੁਕੰਮਲ ਕਰਵਾਈ ਜਾ ਸਕੇ ਜਮੂਸ਼ੇਨਗਰ ਰਾਸ਼ਟਰੀ ਜਨਾਲੀ ਸੜਕੇ 'ਤੇ ਟਰਾਂਜ਼ਿਟ ਕੈਂਪ ਵੀ ਲਾਏ ਗਏ ਨੇ ਤਾਂ ਜੋ ਮੌਸਮ ਦੇ ਖਰਾਬ ਹੋਣੀ ਜਾਂ ਰਾਜਮਾਰਗ ਬੰਦ ਹੋਣੇ ਪਰ ਯਾਤਰੀਆਂ ਨੂੰ ਉੱਥੇ ਠਹਿਰਾਇਆ ਜਾ ਸਕੇ ਅਜੰਤਾਗਰ 3 ਲੱਖ ਸ ਮਤੇ ਯਾਤਰੂਏ ਯਾਤਰਾ ਲਈ ਪंजीकरण ਕਰਵਾਈ ਲੈਦਾ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਪਰਾ ਸੁਣਾ ਕਰ ਦਿਓ मॉस्को च विद्रोह की नाकाम कोष के किश ध्या बाद रूस के सुरक्षा कौंसल सैक्रेटरी निकोलोई पेतरुशेव ताज़ा हालात के संबंध राष्ट्रीय सुरक्षा सलाहकार अजीत डोभाल होंगे गलब्त की श्री पेतरुशेव हो कल डोमाल हमें टेलीफोन पर गल की उ रूस ताज़ा घटनाए बारे जानकारी देने के दे अलावा विकास के कोककी दपखी बहुपखी प्रारूपें ढांचे अंदर ਉੰਦੀਆਂ ਤਗੜਾ ਹੋਣ ਦੀਆਂ ਸੰਭਾਵਨਾਵਾਂ 'ਤੇ ਵਿਸਤਾਰ ਕਰਨੇ ਚਰਚਾ ਕੀਤੀ ਤੀ। ਉਹਨਾਂ ਸ਼੍ਰੀ ਡੋਬਾਲੋ ਰਿੰਗੀ ਜਾਣਕਾਰੀ ਦੇਣ ਦੇ ਅਲਾਵਾ ਆਖਿਆ ਜੇ ਵਾਰਤਾਕਾਰ ਗਲ ਕਥੀ ਦੀ ਗੁਪਤ ਰੱਖਣ ਤਾਈ ਸਹਿਮਤ ਹੋਈ ਗੇਨ। ਸ਼੍ਰੀ ਪੇਟਰੂਸ਼ੇਵ ਔਰ ਡੋਬਾਲੋ ਰਿੰਗੀ ਸਾਦਾ ਦਿੰਦਿਓ ਆਖਿਆ ਜੇ ਉਹ ਸ਼ੰਘਾਈ ਸਹਿਯੋਗ ਸੰਗਠਨ ਸ਼ਿਖਰ ਸੰਮੇਲਨ ਸਾ ਇੱਕ ਹਫ਼ਤਾ ਪਹਿਲੇ ਔਣ ਜੇਦੀ ਮੇਜ਼ਬਾਨੀ ਸ਼੍ਰੀ ਮੋਦੀ ਔਰ ਵੀਡੀਓ ਕਾਨਫਰੈਂਸਿੰਗ ਰਾਏ ਕਰਗਨ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ राव ਔਰ ਆਦੀਵਾਸੀਆਂ ਦੀ ਪੌੜੂ ਜ਼ਮੀਨ ਜਿਹੜੀ ਜੰਗਲਾਂ ਦੀ ਕਟਈਏ ਖੇਤੀ ਕਰਨੇ ਜੋਗ ਬਣਾਣੇ ਸਰਬੰਧੀ ਇੱਕ ਦਸਤਾਵੇਜ਼ ਹੈ ਅੱਜ ਵੰਡਣਾ ਸ਼ੁਰੂ ਕਰਨਗਣ ਪੌੜੂ ਜ਼ਮੀਨ ਪੱਟੇ ਦੀ ਵੰਡਣਾ ਆਦੀਵਾਸੀਆਂ ਦੀ ਬੜੇ ਲੰਮੇ ਚਿਹਰੇ ਸਮਾਂ ਬਕਾਇਆ ਪੇ ਦੀ ਮੰਗ ਹੀ ਜਿਹੜੇ ਸਦੀਆਂ ਤੋਂ ਜੰਗਲੀ ਜ਼ਮੀਨ ਉੱਪਰ ਰਾਈ ਬਾਈ ਕਰਾਰ ਦੇਣ मुख्यमंत्री होरें दो हजार चौदह तो दो हजार अठारह के विधानसभा चुनाव दौरान इस मुद्दे की हल करने का वादा कि पर कई बख बणें करिए अजें तर यह वादा पूरा नहीं हो मुखमी अगर आसिफाबाद च एकीकृत जिला कलेक्ट्रेट परिसर का भी उद्घाटन कर दक्षिण कोरिया बुसान च एशियाई कबड्डी चैंपियनशिप के खीरले मैच भारत का मुकाबला हांगकांग करने होगा शीर्ष दोनों टीमें लीग स्टेज के समापन मगरा फाइनल मैच खेलगन इस थमा पहले ईरान हराइए भारत कल बत्ती ठाई की जित करने एशियाई कबड्डी चैंपियनशिप दो हजार त्रई के फाइनल च दाखिल होया हा। इस टूर्नामेंट च भारत ने जापान की बहठ सतार कोरिया की छिहत्तर तेरह ते चीनी की त्रुंजा उन्नी कराया है आकाशवाणी ਦੇ ਖੇਤਰੀ ਸਮਾਚਾਰੇ ਕਾਂਸ਼ ਜਮੂ ਲਈ ਕੰਮ ਕਰਨਿਆਸਤੇ ਜਮੂ ਤੇ ਰਾਮਬਨ ਜ਼ਿਲ੍ਹੇ ਲਈ ਪੀਟੀਸੀ ਮਤਲਬ ਅੰਸ਼ ਕਾਲਿਕ ਸੰਵਾਦਾਤਾں ਦੇ ਪੈਨਲ ਲਈ ਦਰਖਾਸਤਾਂ ਮੰਗੀਆਂ ਗਈਆਂ ਨੇ ਮੇਦਵਾਰ ਦੀ ਉਮਰ 24 ਕੋਲਾ 45 ਬਰੇ ਤਾਂ ਅਗਰ ਉਹ ਨਹੀਂ ਲੋਚਦੀ ਤੇ ਜੇਕਰ ਅਰਵੇਦਨ ਜਮੂਲੇ ਕੀਤਾ ਜਾਂਦਾ ਹੈ ਤਾਂ ਉਹ ਜਮੂ ਦਾ ਬਸਨੀਕ ਤੇ ਜੇਕਰ ਰਾਮਬਨ ਲਈ ਕੀਤਾ ਜਾਂਦਾ ਹੈ ਤਾਂ ਉਹ ਰਾਮਬਨ ਜ਼ਿਲ੍ਹੇ ਦਾ ਬਸਨੀਕ ਨੂੰ ਨਾ ਲੋਚਦਾ تعلیمی قابلیت صحافیتا یعنی جرنلزم چ ڈپلومہ یا ڈگری یا پھر گریجویشن دے کنے میڈیا چ بطور صحافی کام کرنے دا کم تو کٹ داؤ بریندا تجربہ رکھی گئی دی اے اتے علاوہ امیدوار دی کمپیوٹر ورڈ پروسیسنگ سماچار کٹھے تیار کرنے چ برتونے والے اپکرننگ دی استعمال کرنے دے کنے الیکٹرانک میڈیا چ کام کرنے دا لوٹس دا تجربہ ہونا وی لازمی اے امیدوار سربندت ضلع مکھیا لے یا منسیپال آر دے 10 کلومیٹر دے دائرے اندر رہندا ہونا لوٹس دا ایدی لئی درخواستاں تعلیمی قابلیت ਇਹ ਤੇ ਐਕਸਪੀਰੀਅੰਸ ਸਰਟੀਫਿਕੇਟ ਤੇ ਸਭਨੇ ਦਸਤਾਵੇਜ਼ ਜੇ ਸਨੇ ਅੱਜ 3 ਜੂਨ 2023 ਤੱਕ ਅਗਰ ਇਸ ਪਤੇ ਪਰ ਦਸਤੀ ਜਮਾ ਕਰਵਾਈਆਂ ਜਾ ਸਕਦੀਆਂ ਪਤਾ ਹੈਡ ਆਫ ਨਿਊਜ਼ ਰੀਜਨਲ ਨਿਊਜ਼ ਯੂਨਿਟ ਆਕਾਸ਼ਵਣੀ ਪੰਜਤੀਤੀ ਜੰਮੂ ਪਿੰਕੋਡਾ 180001 ਮੌਸਮ ਵਿਭਾਗ ਨੇ ਆਖਿਆ ਜੇ ਦੱਖਣ ਪੱਛਮ ਮਾਸਮੂਨ ਅਗਲੇ 24 ਘੰਟੇ ਦੌਰਾਨ ਦੇਸ਼ ਦੇ ਬਾਕੀ ਸੇ ਰਾਜਸਥਾਨ ਹਰਿਆਣਾ ਤੇ ਪੰਜਾਬ ਥਮਾ ਅੱਗੇ ਵਧ ਤੋ ਵਾਈ ਭਾਰਤੀ ਮੌਸਮ ਵਿਭਾਗ ਨੇ ਅੱਜ ਲਈ ਮਹਾਰਾਸ਼ਟਰ ਦੇ ਰਤਨਾਗIRI ਨਾਸਿਕ ਪੂਨੇ ਠਾਣਾ रायगढ़ तेज तारा जिले ਲਈ ஆரੰਜ ਅਲਰਟ ਜਾਰੀ ਕੀਤਾ ਗਿਆ ਹੈ ਇਥੇ ਭਾਰੀ ਠਮਾ ਮਤੀ ਪਾਰੀ ਬਰਖਾ ਬਰੀ ਸਕਦੀ ਹੈ ਇਹਨੇ ਮੁੰਬਈ ਸ਼ਹਿਰ ਲਈ ਵੀ yellow alert ਜਾਰੀ ਕਰਦੇ ਹੋਏ ਮਤੀ ਬਰਖਾ ਬਰਨੇ ਦੀ ਪੇਸ਼ਾਨਗੋਈ ਕੀਤੀ ਹੈ ਮਹਾਰਾਸ਼ਟਰ ਦੀ ਰਾਜਧਾਨੀ ਚ ਇਸ ਲਈ ਤੀਜ਼ ਬਰਖਾ جاری ਹੈ ਹਿਰੇਜ ਖਾਸ ਖਾਸ ਖਬਰ ਇੱਕ ਵਾਰੀ ਪੜਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਅੱਜ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਦੇ ਸਮਾਪਨ ਸਮਾਰੋਹ ਚ ਹਿੱਸਾ ਲੈਣਗੇ ਸੰਸਦੀ ਸਥਾਈ ਸਮਿਤੀ ਨੇ ਯੂਨੀਫਾਰਮ ਸਿਵਲ ਕੋਡ ਬਾਰੇ ਇਹ ਤਤਾਰ ਕੇ ਦੇ ਵਿਚਾਰ ਜਾਣਨ ਲਈ ਸੰਗਾਰ ਹੈ ਇੱਕ ਬੈਠਕ ਸੱਦੀ ਹੈ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਹੋਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੀ ਮੇਕ ਇਨ ਇੰਡੀਆ ਪਹਿਲ ਕਦਮੀ ਦੀ ਸਰਾਹਨਾ ਕੀਤੀ ਤੇ ਆਖਿਆ ਜੇ ਭਾਰਤੀ ਅਰਥ ਵਿਵਸਥਾ ਪਰ ਇਸ ਪਹਿਲ ਕਦਮੀ ਦਾ ਸਕਾਰਾਤਮਕ ਅਸਰ ਪਿਆ ਹੈ ਜੰਮੂ ਕਸ਼ਮੀਰ ਦੇ ਲੈਫਟ-ਹੈਂਡ ਗਵਰਨਰ ਮਨੋਦ ਸਿਨਾ ਅਤੇ ਸ਼੍ਰੀ ਰਾਮਨਾਥ ਜੀ ਦੀ ਯਾਤਰਾ ਲਈ ਯਾਤਰੀਆਂ ਦੇ ਪਹਿਲੇ ਜੱਥੇਗੀ ਭਗਵਤੀ ਨਗਰ ਵਾਲੇ ਆਧਾਰ ਸ਼ੇਵਰ ਜੰਮੂ ਥਮਾ ਅੱਜ ਵੱਲ ਰਵਾਨਾ ਕੀਤਾ ਤੇ ਮੌਸਮ ਵਿਭਾਗ ਨੇ ਮਹਾਰਾਸ਼ਟਰ ਦੇ 6 ਜ਼ਿਲ੍ਹੇ ਲਈ orange alert ਜਾਰੀ ਕੀਤਾ ਹੈ ਖਬਰਾਂ ਦੇ ਇਸ ਬੁਲੇਟਿਨ ਚ ਬਸ ਇੰਨਾ ਹੈ